ਪਨੀਰ ਕਿੱਥੇ ਬਣਦਾ ਗੁਰਦਾਸਪੁਰ? ਮੱਲੋਵਾਲ ਜਰਾ ਉੱਚੀ ਬੋਲ ਕੇ ਦੱਸਣਾ ਮੈਨੂੰ, ਥੋੜਾ ਸੁਣਦਾ ਉੱਚੀ ਆ। ਮੱਲੋਵਾਲ ਕੀ ਨਾਂ ਆ ਤੁਹਾਡਾ? ਮੇਰਾ ਓਂਕਾਰ ਸ਼ਰਮਾ। ਓਂਕਾਰ ਸ਼ਰਮਾ ਜੀ, ਮੱਲੋਵਾਲ ਕਿੱਥੇ ਕੁ ਹੈਗਾ ਇਹ ਲੋਕੇਸ਼ਨ? ਡੇਰੀ ਆ ਕੀ ਆ ਇਹ ਜਿੱਥੇ? ਪਲਾਂਟ ਪਲਾਂਟ ਹੈ। ਅੱਛਾ, ਕੀ ਨਾਂ ਹੈ ਪਲਾਂਟ ਦਾ? ਮਾਂ ਦੁਰਗਾ। ਕਿੱਥੇ? ਕੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ? ਕਿੱਥੇ? ਨਹਿਰ ਪੰਡੋਰੀ। ਨਹਿਰ ਪੰਡੋਰੀ 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 ਦੀਪਕ ਕੁਮਾਰ ਜੀ। ਅੱਛਾ, ਕਿੰਨਾ ਕੁ ਗੱਡੀਆਂ ਕੱਢਦੇ ਆ ਰੋਜ਼ ਇੱਥੋਂ? ਇੱਕੋ ਗੱਡੀ ਕੱਢਦੇ? ਕਿੱਥੇ 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 ਪਨੀਰ ਦੇਣਾ ਹੈ? ਕਿੱਥੇ ਕਿੱਥੇ ਦੇਣਾ ਜਾ ਕੇ? ਇਹ ਸਰ ਇੱਕ ਹਰਿਆਣਾ ਭੁੰਗੇ। ਹਰਿਆਣੇ ਭੁੰਗੇ ਹੀ ਦੇਣਾ? ਅੱਗੇ ਨਹੀਂ ਜਾਣਾ ਕਿਤੇ? ਜਲੰਧਰ ਦੇਣਾ। ਅੱਛਾ, ਕਿਸ ਰੇਟ ਤੇ ਪਨੀਰ ਵੇਚਣਾ ਹੈ? ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ। 250 ਰੁਪਏ। ਆਹ ਕੀ ਹੈ ਪੇਟੀ ਜੀ? ਕੰਡਾ ਆ। ਇਹਨੂੰ ਜਰਾ ਉੱਪਰ ਚੱਲ ਜਾ, ਖੋਲਦੇ ਸਾਰੇ ਡਰਾਂ। 250 ਰੁਪਏ ਪਨੀਰ ਨਹੀਂ ਦੇਣਾ ਤੁਹਾਡੇ, 250 ਨਹੀਂ ਲੈ ਸਕਦੇ। ਕੋਈ ਗੱਲ ਨੀ, ਪਨੀਰ ਦੇ ਦੋ ਲਾ ਲੱਗਦਾ ਥੋੜਾ ਜਿਹਾ ਉੱਪਰ ਜਾਣੀ ਤੇ ਵੇਖੋ ਸਾਟ ਕੇ ਗਏ ਲੱਗ ਲੱਗ ਕਿਆ ਮੈਂ। ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ? 10 10 ਇੱਕ ਇੱਕ ਚ 10 10 ਪੰਜ ਪੰਜ ਕਿਲੋ ਦੀ ਇੱਕ ਸ਼ਰਮਾ ਜੀ ਮੇਰੇ ਲੱਗ ਗਿਆ। ਇਹਨੂੰ ਖੋਲੋ। ਆਜੋ ਯਾਰ, ਠੰਡ ਲੱਗਦੀ ਜ਼ਿਆਦਾ, ਬਰਸੋ ਭਾਈ। ਇੱਦਾਂ ਕਰੋ, ਜਿਹੜਾ ਜਿਹੜਾ ਮੈਂ ਕੱਢਦਾ ਇਹ ਚ ਲੋ ਸਨ, ਇਹਨੂੰ ਛੱਡ। ਠੀਕ ਹੈ। ਚਾਰ ਕੁਇੰਟਲ ਪਨੀਰ ਤਾਂ ਇਹਨਾਂ ਚ ਹੀ ਹੈਗਾ, ਚਾਰ ਤੋਂ ਉੱਪਰ ਹੀ ਆ, ਬਾਕੀ ਜਿਹੜਾ ਉਹ ਪੈਕਡ ਹੈ ਉਹ ਅਲੱਗ ਹੈ। ਦੇਖੋ ਇਹ ਪਨੀਰ ਜਿਹੜਾ ਨਾ, ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਝੋਨੇ ਤੇ ਇਧਰੋਂ ਆਉਂਦਾ ਆ ਸਾਡੇ, ਇਹ ਉਹੀ ਗੱਡੀਆਂ। ਅੱਛਾ, ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਤੇ ਪਤਾ ਨਹੀਂ ਇਹਨੂੰ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ, ਆਉਂਦਾ ਇਧਰੋਂ ਹੀ ਆ। ਅੱਛਾ, ਔਰ ਗੱਡੀਆਂ ਕਾਫੀ ਆਉਂਦੀਆਂ, ਇੱਕ ਨਹੀਂ ਆਉਂਦੀਆਂ। ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆਹ ਜਿਹੜਾ 8 ਇਹ ਜਿਹੜੇ ਬਾਕਸਿਸ ਹੈਗੇ ਡੱਬੇ ਤੇ ਇਹ ਕਹਿੰਦਾ ਵੀ 10 ਆ, ਪਰ ਮੈਨੂੰ ਇਹ 10 ਨਹੀਂ, ਮੈਨੂੰ 10 ਤੋਂ ਜ਼ਿਆਦਾ ਲੱਗਦੇ। ਅੱਛਾ ਜੀ, 10 ਨਹੀਂ ਹੈਗੇ। ਇੱਕ 5-5.5 ਕਿਲੋ ਦਾ ਇਹ ਕਹਿੰਦਾ, ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜਿਹੀ ਬਣਾਈ, ਇੱਦਾਂ ਹੀ ਬਣਾਉਂਦੇ ਆ, ਪਤਲੇ ਜਿਹੇ ਕੱਪੜੇ 'ਚ ਰੱਖਦੇ ਆ। ਇਹ ਬਰਫ਼ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ। ਹਾਂ, ਜਾਂ ਤਾਂ ਹੋਵੇ ਨਾ ਇੱਦਾਂ, ਚਲੋ
ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ। ਚਾਰ ਕੱਢ ਲਿਆ, ਚਾਰ ਸੈਂਪਲ ਪਨੀਰ ਦੇ ਲਵਾਂਗੇ ਅੱਡ ਅੱਡ ਜਗ੍ਹਾ ਤੋਂ। ਠੀਕ ਹੈ, ਸਾਰੇ ਟੈਸਟ ਵਾਸਤੇ ਭੇਜਾਂਗੇ। ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਂਦੇ ਆ। ਠੀਕ ਹੈ, ਹਾਂਜੀ। ਡਾਕਟਰ ਸਾਹਿਬ ਕਿੰਨਾ ਕੁ ਹੈਗਾ ਪਨੀਰ? ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ, ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ, ਸਾਨੂੰ ਅੰਦਾਜ਼ਾ ਲੱਗ ਜੂਗਾ, ਇੱਕ ਵਾਰੀ ਪਤਾ ਲੱਗ ਜੂਗਾ। ਉਹ ਪੈਕਡ ਪਨੀਰ ਆ, ਉਹਨੂੰ ਠੰਡਾ ਰੱਖਣ ਲਈ, ਉਹਦਾ ਟੈਂਪਰੇਚਰ ਮੇਨਟੇਨ ਕਰਨ ਲਈ ਤਾਂ ਠੀਕ ਹੈ, ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ, ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼। ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ 'ਚ ਬਣਦੀ? ਉਹ ਖਾਣ ਲਈ ਪਰਪਜ਼ ਲਈ ਨਹੀਂ ਦਿੰਦੇ, ਉਹ ਚਿਲਿੰਗ ਪਰਪਜ਼ ਲਈ ਆ। ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹਨੂੰ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ, ਉਹਦੇ 'ਚੋਂ ਡਾਇਰੈਕਟਲੀ ਨਾ ਜਾਵੇ। ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਏ ਆ ਅਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ, ਬਰਫ਼ ਨੂੰ। ਉਹ ਬਰਫ਼ ਵਾਲੀ ਚੀਜ਼ ਜੇ ਉਹਦੇ 'ਚ ਬੈਕਟੀਰੀਆ ਆਇਆ ਕੋਈ ਹੈਗਾ ਹਨਾ, ਉਹ ਚੀਜ਼ ਉਹ 'ਚ ਜਾਊਗੀ ਪਨੀਰ ਦੇ। ਇਸ ਕਰਕੇ ਉਹ ਇਸ ਪਰਪਜ਼ ਲਈ ਨਹੀਂ ਹੈਗੀ। ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ, ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ, ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੁਛ ਚੀਜ਼, ਇਹ ਤੁਹਾਡੀ ਜਾਂਦੀ ਹੈ। ਠੀਕ ਹੈ, ਇਹ ਧਿਆਨ ਰੱਖੋ। ਟੈਂਪਰੇਚਰ ਤਾਂ ਮੇਨਟੇਨ ਕਰਨਾ, ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜੀਨ ਦਾ ਵੀ ਖਿਆਲ ਰੱਖਣਾ ਵੀ ਬੈਕਟੀਰੀਆ ਨਾ ਉਹਦੇ 'ਚ ਚਲ ਜਾਣ, ਖਾ ਕੇ ਬਿਮਾਰ ਹੀ ਨਾ ਹੋ ਜਾਣ ਲੋਕੀ। ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ? ਇਹ ਲਗਭਗ ਹੋਣਾ ਜੀ 3.5-4 ਦੇ ਵਿੱਚ ਕੁਇੰਟਲ। ਹਾਂਜੀ, ਪਰ ਅਸੀਂ ਤੋਲ ਕੇ ਨਹੀਂ ਲਿਆਂਦਾ, ਉਹਨਾਂ ਨੇ ਤੋਲਿਆ, ਸਾਨੂੰ ਪਤਾ ਜਿਨ੍ਹਾਂ ਨੇ ਪ੍ਰੋਪਰ ਕਰਨਾ। ਸ਼ਰਮਾ ਜੀ, ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਆ, ਤੁਹਾਨੂੰ ਬਿਲਕੁਲ ਪਤਾ, ਮਾਲਕ ਕੌਣ ਆ, ਕੀ ਨਾਂ ਉਹਨਾਂ ਦਾ? ਦੀਪਕ ਕੁਮਾਰ। ਦੀਪਕ ਕੁਮਾਰ ਜੀ, ਇਹ ਦੱਸੋ ਵੀ ਜਿਹੜਾ ਤੁਸੀਂ ਕਿਹਾ ਵੀ 1-10 ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ, ਬਿਲਕੁਲ ਸਰ। ਔਰ ਤੁਸੀਂ ਇਹ ਕਿਹਾ ਵੀ 5-5.5 ਕਿਲੋ ਪਨੀਰ ਲਗਭਗ ਹਨਾ, ਠੀਕ ਹੈ ਨਾ? ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ 'ਚ ਪਨੀਰ ਹੈਗਾ, ਡੱਬੇ ਕਿੰਨੇ ਆ? 8, ਠੀਕ ਹੈ। ਉਹਦਾ ਮਤਲਬ ਇਹ ਹੈ 88-48 ਲਗਭਗ ਤੁਹਾਡਾ 4.5-5 ਕੁਇੰਟਲ, 4.5 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ 'ਚ। ਹਿਸਾਬ ਠੀਕ ਕਰ ਲਓ ਆਪਣਾ ਜ਼ਰਾ। ਨਹੀਂ, ਓਦਾਂ ਤਾਂ ਤੁਸੀਂ ਤੁਰਦੇ ਨੀ, ਇਹ ਤਾਂ ਹੈ ਨੀ ਵੀ ਉਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈਗਾ ਯਾਰ, ਚੀਜ਼ ਦਾ ਦੱਸੋ ਵੀ ਇੰਨੇ ਕੁਇੰਟਲ ਮੇਰਾ ਮਾਲ ਹੈ, ਤੁਹਾਡੇ ਕੋਲ ਪਤਾ ਹੋਣਾ ਚਾਹੀਦਾ। ਅਗਲੀ ਗੱਲ ਉਹਨੇ ਪ੍ਰੋਪਰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4.80 ਕੁਇੰਟਲ, 3 ਕੁਇੰਟਲ 85 ਕਿਲੋ ਪਨੀਰ, ਕਿਉਂ ਨੀ ਪਤਾ ਹੋਣਾ ਚਾਹੀਦਾ? ਲਗਭਗ ਦੱਸੋ ਨਾ ਥੋੜਾ ਬਹੁਤ। ਅੱਛਾ ਚਲੋ, ਮਾਲਕ ਨਹੀਂ ਦੱਸਦੇ। 55-60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ, 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ, ਠੀਕ ਆ ਜੀ। ਇਹਦਾ ਮਤਲਬ ਆ ਵੀ 60 ਰੁਪਏ ਜੇ ਦੁੱਧ ਚੌਵਾਂ ਦੁੱਧ 60 ਤੋਂ ਘੱਟ ਨਹੀਂ ਦੇ ਸਕਦਾ ਕੋਈ, ਮੈਨੂੰ ਵੀ ਪਤਾ, ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ। ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ, ਸ਼ਰਮਾ ਜੀ ਤੁਹਾਡੇ ਮੁਤਾਬਕ, ਹੁਣ ਗਲਤੀ ਨਾ ਵਾਰ ਵਾਰ ਕਰੀ ਜਾਓ ਹਰ ਵਾਰ, ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਆਊਗਾ ਚੌਵਾਂ ਦੁੱਧ? ਨਹੀਂ ਦੱਸੋ ਨਾ, ਗੁਣਾ ਕਰਕੇ 300 ਰੁਪਏ, 300 ਰੁਪਏ ਦਾ ਜਿਹੜਾ ਦੁੱਧ ਆਇਆ ਉਹ 'ਚੋਂ ਕਿਲੋ ਪਨੀਰ ਕੱਢਿਆ, ਅਤੇ 200 ਰੁਪਏ ਦਾ ਕਿੱਦਾਂ? ਮੈਂ 250 ਤਾਂ ਤੁਸੀਂ ਦੇਣਾ ਨਾ, ਅਤੇ ਉਹ 'ਚੋਂ ਪ੍ਰੋਫਿਟ ਵੀ ਤਾਂ ਕੱਢੋਗੇ, ਖਰਚੇ ਵੀ ਕੱਢੋਗੇ। ਉੱਗਦਾ ਤਾਂ ਹੀ ਦਿੰਦੇ ਨਾ, ਉੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ, ਸਬ ਸਟੈਂਡਰਡ। ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜ੍ਹੀ ਲਾਉਣੀ ਪੈਂਦੀ। ਮਤਲਬ ਗੱਲ ਤਾਂ ਇਹੀ ਹੈ ਨਾ, ਛੱਕੀ ਕਿਉਂ? ਛੱਕੀ ਹੈ ਪਨੀਰ, ਵੈਸੇ ਛੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਛੱਕ ਛੁੱਕ ਦੀ ਗੱਲ ਨਹੀਂ ਰਹੀ, ਉਹ ਤਾਂ ਲੈਬੋਰੇਟਰੀ ਤਾਂ ਬਾਅਦ 'ਚ ਦੇਖਾਂਗੇ, ਪਹਿਲਾਂ ਤਾਂ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਛੱਕ ਦੇ ਘੇਰੇ 'ਚ ਹੀ ਹੋ ਜਾਏਗਾ ਸਰ, ਜਦੋਂ ਪੁੱਗ ਹੀ ਨਹੀਂ ਸਕਦਾ ਪਨੀਰ। ਠੀਕ ਹੈ, ਤਾਂ ਹੁਣ ਸੈਂਪਲਿੰਗ ਕੱਢ ਲਿਆ, ਸੈਂਪਲਿੰਗ ਕਰ ਰਹੇ ਹੋ ਫਿਰ ਹੁਣ ਤੁਸੀਂ? ਹਾਂਜੀ, ਸੈਂਪਲ ਅਲੱਗ ਅਲੱਗ ਲੈ ਲਏ ਆ, 4 ਸੈਂਪਲ ਲਵਾਂਗੇ ਅਲੱਗ ਅਲੱਗ। ਹਾਂਜੀ,
ਰੈਂਡਮ ਚੈੱਕ ਸੈਂਪਲ ਕਰਾਂਗੇ, ਉਹਦੀ ਟੈਸਟਿੰਗ ਕਰਾਵਾਂਗੇ। ਹਾਈਜੀਨ ਦਾ ਇਹਨੇ ਖਿਆਲ ਨਹੀਂ ਰੱਖਿਆ ਕਿਉਂਕਿ ਫੈਕਟਰੀ ਦੀ ਬਰਫ਼ ਹੈ। ਅੱਜ ਜਿਹੜੀ ਚੀਜ਼ ਆਹ ਆ ਇਹਦੇ ਵਿੱਚੋਂ ਕਿਹੜਾ ਬੈਰੀਅਰ ਥੋੜੋ ਹੈਗਾ ਕੋਈ, ਇਹ ਪਾਣੀ ਇਹਦੇ ਵਿੱਚ ਨਹੀਂ ਜਾਊਗਾ, ਆਹ ਤਾਂ ਮੰਨ ਸਕਦੇ ਪਾਣੀ ਨਹੀਂ ਜਾਊਗਾ, ਇਹਦੇ 'ਚ ਤਾਂ ਪਾਣੀ ਸਮਾਉਣਾ ਹੈ ਸਾਰਾ। ਔਰ ਉਹ ਬਰਫ਼ ਜਿਹੜੀ ਆ ਉਹ ਡਾਇਰੈਕਟ ਠੰਡਾ ਟੈਂਪਰੇਚਰ ਰੱਖਣ ਵਾਸਤੇ ਆ, ਪਰ ਉਹ ਡਾਇਰੈਕਟ ਇਹਦੇ ਵਿੱਚ ਨਹੀਂ ਜਾਣੀ ਚਾਹੀਦੀ, ਉਹਦਾ ਪਾਣੀ ਨਹੀਂ ਇਹਦੇ ਵਿੱਚ ਜਾਣਾ, ਇਹ ਉਹ ਕਿਉਂਕਿ ਉਹ ਖਾਣ ਵਾਲੀ ਬਰਫ਼ ਉਹ ਹੈ ਹੀ ਨਹੀਂ। ਮੈਂ ਬਾਰ ਬਾਰ ਕਹਿੰਦਾ ਵੀ ਹਲਵਾਈ ਨੂੰ, ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਵੀ ਤੂੰ ਸਾਨੂੰ ਲਿਸਟ ਦੇ, ਅਸੀਂ ਸਮਾਨ ਤੈਨੂੰ ਆਪ ਦੇਵਾਂਗੇ, ਤੁਸੀਂ ਲਓਗੇ ਤਾਂ ਵਧੀਆ ਲਓਗੇ, ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ। ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਦਾ ਵੀ ਇਹ ਜਿਹੜਾ ਕੈਟਰਰ ਆ, ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਵੀ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜਿਹੜੀ ਉਹਦੀ ਰੋਜ਼ ਵਿਕਦੀ ਹੈ 2000 ਪੇਟੀ। ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ। ਜਿਸ ਬੰਦੇ ਨੂੰ ਯਾਰ 44,000-40,000 ਰੁਪਇਆ ਰੋਜ਼ ਇੱਕ ਪਾਣੀ ਤੋਂ ਬਚਣ ਲੱਗ ਪਏ ਤੇ ਮਹੀਨੇ ਦਾ ਧੰਦਾ ਹੋਵੇ, ਕਈ ਵਾਰੀ ਵੱਧ ਵੀ ਹੋਣਾ। ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ। ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ, ਕੋਈ ਐਕਸਪਾਇਰ ਹੀ ਨਹੀਂ ਹੈਗਾ। ਜਿਹੜਾ 200 ਰੁਪਏ ਵਾਲਾ ਕਿਲੋ ਪਨੀਰ ਹੈ, ਜਿਹੜਾ 35 ਰੁਪਏ ਵਾਲਾ ਅਨਾਰ ਦਾ ਜੂਸ ਪੀਂਦੇ ਆ, ਤੁਸੀਂ ਪਲੀਜ਼ ਜ਼ਰਾ ਸੋਚੋ ਯਾਰ, ਆਪਣੇ ਘਰੇ ਤਜਰਬਾ ਕਰਕੇ ਦੇਖੋ। ਕੁੱਲ ਮਿਲਾ ਕੇ ਇਹ ਜੇ ਸ਼ੁੱਧ ਚੀਜ਼ਾਂ ਖਾਣੀਆਂ ਨਾ ਤੇ ਘਰ ਹੀ ਮਿੱਤਰੋ ਬਣਾਇਆ ਕਰੋ, ਪਨੀਰ ਪਨੂਰ ਘਰ ਹੀ ਕੱਢ ਲਿਆ ਕਰੋ, ਘਰ ਦਾ ਹੀ ਫੂਡ ਸਭ ਤੋਂ ਵਧੀਆ ਹੈ। ਉੱਧਰ ਨੂੰ ਤੁਰਨਾ ਪੈਣਾ ਜੇ ਜੀਂਦੇ ਵਸਦੇ ਰਹਿਣਾ, ਤੰਦਰੁਸਤ ਨਿਆਣੇ ਰੱਖਣੇ ਤਾਂ।